نحمده ونصلي على رسوله الكريم اما بعد فاعوذ بالله من الشيطان الرجيم بسم الله الرحمن الرحيم تمام ویکھن والیاں نوں سنن والیاں نوں میری طرفوں السلام علیکم جی میں جناب تہاڈا دوست رانا بشارت حیدری آٹوز دے نام دا یوٹیوب چینل ہے جی تے تمام بھائیاں ریکویسٹ ہے چینل نوں سبسکرائب ضرور کریا کرو تاکہ ہر آون والی نویں ویڈیو تہاڈے تک پہنچ سکے ਇਸ ਟਾਈਮ ਮੌਜੂਦ ਆ ਜੀ ਅਸੀਂ ਜ਼ਰਬੈਰ ਟਰੈਕਟਰ ਸ਼ੋਅਰੂਮ ਨੁਸ਼ਹਿਰਾ ਰੋਡ ਸ਼ੋਅਰੂਮ ਦੇ ਓਨਰ ਨੇ ਜੀ ਰਾਣਾ ਸਰਵਰ ਸਾਹਿਬ ਲਓ ਜਨਾਬ ਇਹ ਨੇ ਜੀ ਜ਼ਬੈਰ ਟਰੈਕਟਰ ਸ਼ੋਅਰੂਮ ਦੇ ਓਨਰ ਰਾਣਾ ਸਰਵਰ ਸਾਹਿਬ ਇਹਨਾਂ ਦੇ ਜਨਾਬ ਸਾਰੇ ਟਰੈਕਟਰਾਂ ਦਾ ਰਿਵਿਊ ਤੁਹਾਨੂੰ ਖਾਵਾਂਗੇ ਔਰ ਨਾਲ ਜਨਾਬ ਇਹ ਤਤਲੇ ਵਾਲੀ ਟਰੈਕਟਰ ਐਸੋਸੀਏਸ਼ਨ ਦੇ ਫਾਈਨਾਂਸ ਸੈਕਟਰੀ ਵੀ ਨੇ ਲਓ ਜੀ ਰਾਣਾ ਸਾਹਿਬ ਤੁਹਾਡੇ ਸਾਰੇ ਟਰੈਕਟਰਾਂ ਦੀ ਇਨਸ਼ਾਅੱਲਾ ਵੀਡੀਓ ਜੀ ਯੂਟਿਊਬ 'ਤੇ ਦਿਆਂਗੇ ਔਰ ਸਕਰੀਨ 'ਤੇ ਤੁਹਾਡਾ ਨੰਬਰ ਵੀ ਆਏਗਾ ਜੀ ਲਓ ਜਨਾਬ ਇਹ ਜੀ ਜ਼ਬੈਰ ਟਰੈਕਟਰ ਸ਼ੋਅਰੂਮ ਨੁਸ਼ਹਿਰਾ ਰੋਡ ਟਰੈਕਟਰ ਮਾਸ਼ਾਅੱਲਾ ਕਾਫੀ ਖੜੇ ਨੇ ਜੀ ਸਾਰੇ ਟਰੈਕਟਰਾਂ ਦਾ ਰਿਵਿਊ ਇਨਸ਼ਾਅੱਲਾ ਤੁਹਾਨੂੰ ਕਰਾਉਂਦੇ ਹਾਂ ਸ਼ੋਅਰੂਮ ਦੀ ਲੋਕੇਸ਼ਨ ਹੈ ਜੀ ਨੁਸ਼ਹਿਰਾ ਰੋਡ ਇਹ ਜਾਨਬ ਨੁਸ਼ਹਿਰਾ ਵਿਰਕਾਂ ਜੀ ਇਹ ਜਾਨਬ ਤਤਲੇ ਵਾਲੀ ਲਓ ਜੀ ਸਭ ਤੋਂ ਪਹਿਲਾਂ ਚੱਲ ਰਹੇ ਜੀ 240 ਇਹ 15 ਮਾਡਲ ਪਹਿਲਾ ਟਰੈਕਟਰ ਖੜ੍ਹਾ ਜਿਹੜਾ ਜੀ 240 15 ਮਾਡਲ ਬੜਾ ਸੋਹਣਾ ਟਰੈਕਟਰ ਜਨਾਬ ਸ਼ੋਮਰਗਾਰਡ ਬਿਹਤਰੀਨ ਨੇ ਚੇਸੀ ਦਾ ਰੰਗ ਜਨਾਬ ਵੇਖੋ ਫਰੰਟ ਟਾਇਰ ਅਗਲੇ ਟਾਇਰਾਂ ਦੀ ਕੰਡੀਸ਼ਨ ਜ਼ਰਾ ਘੱਟ ਹੈ ਦੂਸਰੀ ਸਾਈਡ ਤੋਂ ਜਨਾਬ ਚੇਸੀ ਪਾਉਂਦੇ ਤੁਹਾਨੂੰ ਇਹ ਜੀ ਦੂਸਰੀ ਸਾਈਡ ਤੋਂ ਇਹ ਜੀ ਜਨਾਬ ਚੇਸੀ ਪੱਧਰੀ ਹੈ ਜੀ 15 ਮਾਡਲ ਹੈ ਜੀ 40 ਪਿਛਲੇ ਟਾਇਰ ਬਿਹਤਰੀਨ ਕੰਡੀਸ਼ਨ ਵਿੱਚ ਜੀ ਰਿਮ ਸਾਫ਼ ਸੁਥਰੇ ਬੈਕ ਸਾਈਡ 'ਤੇ ਵਹਿੰਦੇ ਜੀ ਹੁੱਕ ਲੱਗੀ ਹੈ ਜੀ ਲਓ ਜੀ ਇਹ ਨਾਲ ਹੀ ਅਤੇ ਬੈਕ ਸਾਈਡ 'ਤੇ ਖੜ੍ਹਾ ਜੀ 13 ਮਾਡਲ 240 ਚੌਕੜਾ ਟਾਇਰਾਂ ਦਾ ਜਨਾਬ ਬਿਹਤਰੀਨ ਕੰਡੀਸ਼ਨ 'ਚ ਰਗਾਰਡ ਸਿੱਧੇ ਪੱਧਰੇ ਛੱਤ ਲੱਗੀ ਹੈ ਹੁੱਕ ਵਗੈਰਾ ਨਹੀਂ ਹੈਗੀ ਛੱਤ 'ਤੇ ਪੱਲੇ ਲੱਥੇ ਨੇ ਸੋਹਣਾ ਟਰੈਕਟਰ ਜੀ 13 ਮਾਡਲ 40 ਹੈ ਜੀ ਇਹ ਆ ਗਿਆ ਜੀ ਅੱਗੇ ਫਿਰ 240 ਕਿਹੜਾ ਮਾਡਲ ਹੈ ਜੀ ਤਿੰਨ ਮਾਡਲ 40 ਆ ਗਿਆ ਜੀ 3 ਮਾਡਲ 40 ਛੱਤ ਬੜੀ ਸੋਹਣੀ ਲੱਗੀ ਜਨਾਬ ਆਪਣੇ ਰੰਗ ਸੋਹਣਾ ਟਰੈਕਟਰ ਪਿਛਲੇ ਟਾਇਰ ਬਿਹਤਰੀਨ ਕੰਡੀਸ਼ਨ ਜੀ ਬੈਕ ਸਾਈਡ 'ਤੇ ਜਨਾਬ ਟੂਬ ਦਾ ਰੰਗ ਹੁੱਕ ਲੱਗੀ ਹੈ ਛੱਤ ਹੁੱਕ ਸਮਾਨ ਵਿੱਚ ਲੱਗੀ ਜਨਾਬ 3 ਮਾਡਲ 40 ਜੇ ਤਿੰਨ ਮਾਡਲ 40 75S ਜੀ 7-8 ਮਾਡਲ ਹੈ ਪੱਲੇ ਵਗੈਰਾ ਲੱਥੇ ਨੇ ਆਪਣੇ ਰੰਗ ਟੰਗੇ 'ਚ ਜੇ ਸਮਾਨ ਛੱਤ ਲੱਗੀ ਜਨਾਬ ਪਿਛਲੇ ਟਾਇਰਾਂ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਜੀ ਚੇਸੀ ਦਾ ਰੰਗ ਤੁਹਾਡੇ ਸਾਹਮਣੇ
ਟੂਬ ਦਾ ਰੰਗ ਵਾ ਦੇਣੀ ਜੀ ਆਪਣੇ ਰੰਗ ਚ ਸਾਰਾ। ਆ ਗਿਆ ਜੀ ਡਾਊਨ ਮਾਡਲ ਅੱਗੇ 84 ਜੀ, 84 ਮਾਡਲ 40 ਆ ਗਿਆ ਜਨਾਬ। ਸ਼ੋਅ ਜਨਾਬ ਲੱਥੀ ਟਰੈਕਟਰ ਦੀ, ਟਾਇਰ ਇਹਦੇ ਵੀ ਬਿਹਤਰੀਨ ਜੀ, 14-15 ਨੇ ਟਾਇਰ। ਟਾਇਰਾਂ ਦੀ ਕੰਡੀਸ਼ਨ ਤਕਰੀਬਨ ਸਾਰੇ ਟਰੈਕਟਰਾਂ ਦੀ ਬਿਹਤਰੀਨ ਹੈ ਜੀ, ਛਾਤੇ ਨੂੰ ਵੀ ਲੱਗੀ ਹੈ। ਬੈਟਰੀ ਦੇ ਲਿਹਾਜ਼ ਨਾਲ ਸੈਲਫ ਸਟਾਰਟ ਹੀ ਲੱਗਦਾ ਜੀ। ਰਿਮ ਸ਼ਿਮ ਸ਼ੋਅ ਮਰਗਾੜ ਲਓ ਜੀ, ਹੁੱਕ ਵੀ ਲੱਗੀ ਹੈ ਜੀ। ਸੋਹਣਾ ਟਰੈਕਟਰ ਜੀ ਇਹ ਵੀ। ਲਓ ਜਨਾਬ ਅੱਗੇ ਚੱਲਦੇ ਹਾਂ ਜੀ, 260 20 ਮਾਡਲ ਜੀ, ਨੰਬਰ ਪਲੇਟ ਲੱਗੀ ਅੱਗੇ, 260 20 ਮਾਡਲ ਜੀ। ਬਹੁਤ ਖੂਬਸੂਰਤ ਟਰੈਕਟਰ, ਛੱਤ ਬਹੁਤ ਸੋਹਣੀ ਲੱਗੀ ਜੀ, ਬੜਾ ਸੋਹਣਾ ਟਰੈਕਟਰ ਹੈ। ਟਾਇਰਾਂ ਦੀ ਕੰਡੀਸ਼ਨ ਬਿਹਤਰੀਨ ਜੀ, ਸਾਫ ਸੁਥਰਾ ਜੀ, 20 ਮਾਡਲ। ਬੈਕ ਸਾਈਡ 'ਤੇ ਬਹਿੰਦੇ ਹਾਂ ਜੀ ਇਹਦੇ। ਲਓ ਜੀ ਹੁੱਕ ਵੀ ਲੱਗੀ ਹੈ ਜੀ, ਹੁੱਕ ਜਨਾਬ ਲੱਗੀ ਹੈ। ਟਰੈਕਟਰ ਸੋਹਣਾ ਜੀ, 20 ਮਾਡਲ, 60 ਜੇ। ਇਹ ਕਿਹੜਾ ਜੀ? ਲਓ ਜੀ 17 ਮਾਡਲ, 85 ਜੇ। ਟਾਇਰ ਘੱਟ ਨੇ ਅਗਲੇ ਵੀ ਅਤੇ ਪਿਛਲੇ ਵੀ। ਰੰਗ ਟੰਗ ਦਾ ਸੋਹਣਾ ਜੀ, ਕੰਡ ਵਾਲੀ ਪੱਟੀ ਸਿੱਧੀ ਪੱਧਰੀ। ਦੂਜੀ ਸਾਈਡ ਤੋਂ ਹੁੰਦੇ ਜੀ ਤੁਹਾਨੂੰ, ਬੈਕ ਸਾਈਡ ਤੋਂ ਬਹਿੰਦੇ ਹਾਂ ਜੀ। ਹੁੱਕ ਸ਼ੁੱਕ ਲੱਗੀ ਜਾਂ ਨਹੀਂ ਲੱਗੀ? ਲਓ ਜੀ ਟੂਬ ਦਾ ਰੰਗ ਵੇਖ ਲਓ, ਲਓ ਜੀ ਅੱਗੇ ਆ ਗਿਆ ਜੀ 385-22 ਮਾਡਲ ਹਾਂਡਾ। ਸੋਹਣਾ ਟਰੈਕਟਰ ਹੈ ਜੀ, ਪੂਰੇ ਦਾ ਪੂਰਾ ਹੈ। ਬਾਈ ਮਾਡਲ 85 ਜੀ। ਲਓ ਜੀ 85-22 ਮਾਡਲ ਹੈ, ਪੂਰੇ ਦਾ ਪੂਰਾ ਟਰੈਕਟਰ ਜੀ, ਬਿਹਤਰੀਨ ਸੋਹਣਾ ਟਰੈਕਟਰ ਜੀ। ਲਓ ਜੀ ਇਹਦੇ ਨਾਲ ਹੀ ਖੜਾ ਜੀ 260 ਹੈ ਜੀ, 2002 ਮਾਡਲ, 260 ਰੰਗ ਦਾ ਸੋਹਣਾ ਜੀ, ਮਰਗਾੜ ਸਿੱਧੇ ਪੱਧਰੇ ਜਿਹਦੇ ਵੀ, ਸ਼ੋਅ ਸਿੱਧੀ ਪੱਧਰੀ। ਟਾਇਰਾਂ ਦੀ ਕੰਡੀਸ਼ਨ ਜ਼ਰਾ ਘੱਟ ਹੈ। ਦੂਜੀ ਸਾਈਡ ਤੋਂ 86 ਦਾ ਰੰਗ ਹੋਣੇ ਜੀ। ਲਓ ਜੀ ਇਹਦੇ ਨਾਲ ਅੱਗੇ ਜਨਾਬ ਆ ਗਿਆ ਜੀ 240-80 ਮਾਡਲ, ਡਾਊਨ ਮਾਡਲ 80 ਜੀ ਆ ਗਿਆ ਅੱਗੇ। ਟਾਇਰ ਇਹਦੇ ਵੀ ਚੰਗੇ ਨੇ ਜੀ, ਰੰਗ ਟੰਗ ਦਾ ਵੀ ਚੰਗਾ ਜੇ, ਸ਼ੋਅ ਵੀ ਸਿੱਧੀ ਪੱਧਰੀ ਜੀ, ਹੁੱਕ ਵਗੈਰਾ ਨਹੀਂ ਲੱਗੀ।
ਲਓ ਜਨਾਬੇ ਵਾਲੀ ਕੋਈ 10-11 ਟਰੈਕਟਰਾਂ ਦਾ ਮੈਂ ਰਿਵਿਊ ਤੁਹਾਨੂੰ ਕਰਾਇਆ। ਸਾਰੇ ਦੇ ਸਾਰੇ ਟਰੈਕਟਰ ਜਿਹੜੇ ਨੇ ਜੀ ਜ਼ਬੈਰ ਟਰੈਕਟਰ ਸ਼ੋਰੂਮ ਨੁਸ਼ਹਿਰਾ ਰੋਡ ਲੰਜ ਸ਼ਰੀਫ ਉੱਥੇ ਖੜ੍ਹੇ ਨੇ ਜੀ। ਜਿਸ ਭਾਈ ਨੂੰ ਇਹਨਾਂ ਮਾਡਲਾਂ 'ਚੋਂ ਇਸ ਕੰਡੀਸ਼ਨ 'ਚ ਜਿਹੜਾ ਵੀ ਟਰੈਕਟਰ ਕਿਸੇ ਨੂੰ ਚਾਹੀਦਾ ਹੋਵੇ, ਸਕਰੀਨ 'ਤੇ ਜਨਾਬ ਸ਼ੋਰੂਮ ਦੇ ਓਨਰ ਰਾਣਾ ਸਰਵਰ ਸਾਹਿਬ ਨੇ ਉਹਨਾਂ ਦਾ ਨੰਬਰ ਦਿਆਂਗੇ, ਉਹਨਾਂ ਨਾਲ ਰਾਬਤਾ ਕਰਕੇ ਹਰ ਟਰੈਕਟਰ ਦੇ ਰੇਟ ਦੇ ਬਾਰੇ ਤੁਸੀਂ ਗੱਲ ਕਰਨੀ ਹੈ। ਕਿਉਂਕਿ ਜਨਾਬ ਮੇਰਾ ਯੂਟਿਊਬ ਦਾ ਚੈਨਲ, ਟਰੈਕਟਰਾਂ ਦੇ ਲੈਣ ਦੇਣ ਦਾ ਮਾਮਲਾ ਜਿਹੜਾ ਉਹ ਮੇਰਾ ਨਹੀਂ, ਉਹ ਮਾਲਕਾਂ ਦਾ ਹੀ। ਮੇਰੇ ਵਾਸਤੇ ਤੁਹਾਡੀ ਮੁਹੱਬਤ ਇਹ ਵੇ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ, ਤਾਂ ਕਿ ਇਸ ਤਰ੍ਹਾਂ ਹੀ ਮੈਂ ਮਜ਼ੀਦ ਟਰੈਕਟਰਾਂ ਦੀਆਂ ਵੀਡੀਓ ਤੁਹਾਡੇ ਤੱਕ ਜਿਹੜਾ ਨਾ ਉਹ ਪਹੁੰਚਾਉਂਦਾ ਰਹਾਂ।